ਵਾਦਾ ਕਰਕੇ ਮੁਕਰ ਜਾਣਾ ਸਰਕਾਰਾਂ ਦੀ ਆਦਤ ਹੁੰਦੀ ਹੈ ਤੇ ਸ਼ੁਰੂ ਤੋਂ ਰਹੀ ਹੈ ਤੇ ਇਹ ਆਦਤ ਕਦੇ ਵੀ ਨਹੀਂ ਬਦਲ ਸਕਦੀ ਕਿਉਂਕਿ ਸਾਡੇ ਲੋਕਾਂ ਵਿੱਚ ਏਕਾ ਘਾਟਾ ਮੋਦੀ ਸਰਕਾਰ ਵੱਲੋਂ ਬੜੇ ਵਾਅਦੇ ਕੀਤੇ ਗਏ ਸੀ ਕਿ ਲਖੀਮਪੁਰ ਖੀਰੀ ਦੇ ਕਤਲੇਆਮ ਦੇ ਵਿੱਚ ਕਿਸਾਨਾਂ ਨੂੰ ਇਨਸਾਫ ਦਿੱਤਾ ਜਾਏਗਾ ਪਰ ਇਨਸਾਫ ਨਹੀਂ ਦਿੱਤਾ ਗਿਆ ਉਸ ਦੇ ਵਿੱਚ ਇੱਕ ਵਾਅਦਾ ਕੀਤਾ ਗਿਆ ਸੀ ਕਿ ਇੱਕ ਐਮਐਸਪੀ ਕਮੇਟੀ ਬਣਾਈ ਜਾਵੇਗੀ ਜੋ ਜ਼ਮੀਨਾਂ ਦੇ ਰੇਟ ਤੈਅ ਕਰੇਗੀ ਉਸ ਵਿੱਚ ਕਿਸਾਨਾਂ ਨੂੰ ਲਿਆ ਜਾਵੇਗਾ ਪਰ ਕਿਸਾਨ ਆਗੂਆਂ ਵੱਲੋਂ ਦੋਸ਼ ਆ ਕਿ ਮੋਦੀ ਨੇ ਆਪਣੀ ਪਸੰਦ ਦੀ ਅਖੌਤੀ ਕਿਸਾਨ ਲਏ ਨੇ ਕਿਸਾਨ ਯੂਨੀਅਨ ਦੇ ਨੇਤਾਵਾਂ ਨੂੰ ਉਹਦੇ ਵਿੱਚ ਸ਼ਾਮਲ ਨਹੀਂ ਕੀਤਾ ਵੱਡੀ ਵਾਦਾ ਖਲਾਫੀ ਕੀਤੀ ਗਈ ਆ ਜਿਹੜੀ ਤੀਸਰੀ ਸਭ ਤੋਂ ਵੱਡੀ ਮੰਗ ਸੀ ਉਹ ਇਹ ਸੀ ਕਿ ਮੋਰਚਾ ਉੱਠਣ ਤੋਂ ਬਾਅਦ ਦਿੱਲੀ ਦੇ ਵਿੱਚ ਜਿੰਨੇ ਵੀ ਕਿਸਾਨਾਂ ਤੇ ਕੇਸ ਦਰਜ ਹੋਏ ਆ ਉਹ ਸਾਰੇ ਰੱਦ ਕੀਤੇ ਜਾਣਗੇ ਤੇ ਚੌਥੀ ਜਿਹੜੀ ਨਵੀਂ ਸਕੀਮ ਹੈ ਅਗਨੀ ਪਥ ਯੋਜਨਾ ਜਿਹਦਾ ਨਾਮ ਲਿਆ ਜਾ ਰਿਹਾ ਹੈ ਉਹਦੀ ਵੀ ਗੱਲ ਕਰੀਏ ਤਾਂ ਉਹ ਇੱਕ ਅਜਿਹੀ ਯੋਜਨਾ ਹੈ ਜੋ ਨੌਜਵਾਨ ਮਾਰੂ ਆ ਇੱਕ ਇਨਸਾਨ ਦਾ ਕੈਰੀਅਰ ਸ਼ੁਰੂ ਹੋਣਾ ਤੇ 5 ਸਾਲਾਂ ਨੂੰ ਖਤਮ ਹੋ ਜਾਣਾ ਇਸ ਅਗਨੀਪਥ ਯੋਜਨਾ ਦਾ ਇਹੀ ਮਤਲਬ ਆ ਕੁਝ ਲੋਕ ਕਹਿੰਦੇ ਨੇ ਕਿ ਬੜੀ ਵਧੀਆ ਯੋਜਨਾ ਆ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਕਿ ਜੇ ਤੁਹਾਨੂੰ ਵਧੀਆ ਲੱਗਦੀ ਹੈ ਜੇ ਤੁਸੀਂ ਉਹਨਾਂ ਦੀਆਂ ਸਿਫਤਾਂ ਕਰਦੇ ਹੋ ਤੇ ਤੁਸੀਂ ਸਰਕਾਰੀ ਮਹਿਕਮੇ 'ਚ ਨੌਕਰੀ ਕਰਦੇ ਹੋ 5 ਸਾਲ ਬਾਅਦ ਅਸਤੀਫਾ ਦੇ ਕੇ ਘਰ ਆ ਜੋ ਤੁਹਾਨੂੰ ਫੇਰ ਮੇਖਾਂਗੇ ਵਧੀਆ ਲੱਗਦੀ ਹੈ ਕਿ ਗਲਤ ਲੱਗਦੀ ਆ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਮੋਦੀ ਸਰਕਾਰ ਨੇ ਵਾਅਦਾ ਖਿਲਾਫੀ ਕੀਤੀ ਹੈ ਤੇ ਅੱਜ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਉਹਨਾਂ ਵੱਲੋਂ ਕਿਹਾ ਗਿਆ ਕਿ ਮੰਗਾਂ ਪੂਰੀਆਂ ਨਾ ਹੋਣ ਤੱਕ ਧਰਨੇ ਲੱਗਦੇ ਰਹਿਣਗੇ ਤੇ ਸੰਘਰਸ਼ ਜਾਰੀ ਰਹੇਗਾ ਸਰਵਣ ਸਿੰਘ ਪੰਦੇਰ ਜੀ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ 8 ਜਿਲ੍ਹਿਆਂ ਤੇ 14 ਥਾਮਾਂ ਤੇ ਅੱਜ ਰੇਲਾਂ ਦਾ ਪਹੀਆ ਜਾਮ ਕਰ ਰਹੀ ਹੈ ਦੇਸ਼ ਵਿਆਪੀ ਸਾਂਝਾ ਸੱਦਾ ਵਾ ਜਿਹਦੇ ਵਿੱਚ ਇੱਕ ਤਾਂ ਹੈਗਾ ਵਾ ਵੀ ਐਮ ਐਸ ਪੀ ਗਰੰਟੀ ਕਾਨੂੰਨ ਸੀ 2 ਫਾਰਮੂਲੇ ਵਿੱਚ 50% ਜੋੜ ਕੇ ਫਸਲ ਦੀ ਗਰੰਟੀ ਕੀਤੀ ਜਾਵੇ ਸਾਰੀਆਂ ਫਸਲਾਂ ਦੇ ਭਾ ਮਿਲਣ ਸਾਨੂੰ ਇਹਦੇ ਨਾਲ ਦੀ ਨਾਲ ਸਾਰੇ ਸੂਬਿਆਂ ਚ ਦਿੱਲੀ ਚ ਜਿੰਨੇ ਵੀ ਕੇਸ ਪਾਏ ਗਏ ਆ ਉਹ ਕੇਸ ਵਾਪਸ ਲਈ ਜਾਣ ਔਰ ਇਹਦੇ ਨਾਲ ਦੀ ਨਾਲ ਜਿਹੜਾ ਸ਼ਹੀਦਪੁਰਾਂ ਦਾ ਮਾਮਲਾ ਉਹ ਮਿਲੇ ਇਹਤੋਂ ਗਾਹਾ ਲਖੀਮਪੁਰ ਖੀਰੀ ਦਾ ਮੁੱਖ ਦੋਸ਼ੀ ਅਜੇ ਮਿਸ਼ਰਾ ਟੈਣੀ ਜਿਹੜਾ ਅਜੇ ਵੀ ਮੰਤਰੀ ਮੰਡਲ 'ਚ ਹੈਗਾ ਬਰਖਾਸਤ ਕੀਤਾ ਜਾਵੇ ਗ੍ਰਿਫਤਾਰ ਕੀਤਾ ਜਾਵੇ ਗਵਾਹਾਂ ਤੇ ਜਿਵੇਂ ਹਮਲੇ ਕੀਤੇ ਜਾ ਰਹੇ ਆ ਉਹਨਾਂ ਨੂੰ ਸੁਰੱਖਿਆ ਦਿੱਤੀ ਜਾਵੇ ਇਹਦੀ ਨਾਲ ਦੀ ਨਾਲ ਵਿਸ਼ਵ ਵਪਾਰ ਸੰਸਥਾ ਤੋਂ ਭਾਰਤ ਬਾਹਰ ਆਵੇ ਔਰ ਇਹਤੋਂ ਗਾਹਾ ਜਿਹੜਾ ਵਾ ਆਪਣਾ ਕਰਜ਼ਾ ਮਾਫੀ ਜਿਹੜੀ ਕਿਸਾਨਾਂ ਦੀ ਕੀਤੀ ਜਾਵੇ ਇਹਦੇ ਨਾਲ ਦੀ ਨਾਲ ਜਿਵੇਂ ਮੋਦੀ ਸਰਕਾਰ ਦੇ ਦਾਅਵੇ ਰਹੇ ਸੀ ਵੀ ਕਿਸਾਨਾਂ ਦੀ ਆਮਦਨ ਜਿਹੜੀ ਆ ਉਹ ਦੁੱਗਣੀ ਕਰ ਦੇਣੀ ਆ ਦੇਖੋ ਉਹ ਤਾਂ ਹੋਈ ਨਹੀਂ ਸਾਡੇ ਕਰਜ਼ੇ 10 ਗੁਣਾ ਜ਼ਰੂਰ ਵਧ ਗਏ ਨੇ ਤੇ ਤਕਰੀਬਨ 47 ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰ ਰਹੇ ਨੇ ਇਹਦੇ ਨਾਲ ਦੀ ਨਾਲ ਜਦੋਂ ਦੀ 8 ਸਾਲ ਹੋ ਗਏ ਮੋਦੀ ਸਰਕਾਰ ਆਈ ਹੈ ਵੀ ਇਤਿਹਾਸ ਦਾ ਅੰਗ ਆ ਪੀ ਤੁਸੀਂ ਦੇਖੋ ਵੀ ਐਨੇ ਡੀਜ਼ਲ ਦੇ ਰੇਟ ਕਦੇ ਵੀ ਨਹੀਂ ਵਧੇ ਜਿੰਨੇ ਹੁਣ ਵਧੇ ਆ ਖਾਦਾਂ ਦੇ ਰੇਟ ਕਦੇ ਵੀ ਐਨੇ ਨਹੀਂ ਵਧੇ ਜਿੰਨੇ ਹੁਣ ਵਧੇ ਆ ਦਵਾਈਆਂ ਦੇ ਰੇਟ ਐਨੇ ਕਦੀ ਨਹੀਂ ਵਧੇ ਜੜੇ ਹੁਣ ਵਧੇ ਆ ਬੀਜਾਂ ਦੇ ਰੇਟ ਤੇ ਬੀਜ ਡੁਪਲੀਕੇਟ ਜਿੰਨੇ ਹੁਣ ਦਿੱਤੇ ਜਾ ਰਹੇ ਆ ਕਦੀ ਵੀ ਦਿੱਤੇ ਨਹੀਂ ਜਾ ਰਹੇ ਇੱਕ ਤਾਂ ਇਹ ਸੋ ਇਹ ਸਾਰਾ ਕੁਝ ਨਾਲ ਦੀ ਨਾਲ ਸਾਡੇ ਹੈਗਾ ਵਾ ਤੋ ਇਸ ਕਰਕੇ ਲੋਕਾਂ ਨੂੰ ਬੇਨਤੀ ਆ ਵੀ 11 ਤੋਂ 3 ਵਜੇ ਤੱਕ ਰੇਲਾਂ ਵਿੱਚ ਘੱਟ ਤੋਂ ਘੱਟ ਸਫ਼ਰ ਕੀਤਾ ਜਾ ਸਕੇ ਸਹਿਯੋਗ ਕੀਤਾ ਜਾਵੇ ਸੋ ਵੱਦ ਤੋਂ ਵੱਧ ਅੱਜ ਦੇ ਅੰਦੋਲਨ ਦਾ ਸਮਰਥਨ ਕਰਨ ਧੰਨਵਾਦ